ਕੀ ਕਾਰਨ ਹੈ ਕਿ ਮਿੰਨੀ 올림픽 ਖੇਡਾਂ ਦੇ ਲਈ ਜਾਣਿਆ ਜਾਂਦਾ ਕਿਲਾ ਰਾਇਪੁਰ ਕਾਂਗਰਸ ਦੇ ਕਾਰਜਕਾਲ ਦੇ ਵਿੱਚ ਆਪਣੀਆਂ ਖੇਡਾਂ ਨੂੰ ਸਾਹਮਣੇ ਨਹੀਂ ਲਿਆ ਸਕਿਆ ਜਿਹੜੀ ਤੁਸੀਂ ਕਿਲਾ ਰਾਇਪੁਰ ਖੇਡਾਂ ਦੀ ਗੱਲ ਕੀਤੀ ਆ ਜਦੋਂ ਮੈਂ 1985 ਚ ਕਿਲਾ ਰਾਇਪੁਰ ਚ ਆਇਆ ਜੀ ਮੈਂ ਸਕੂਲ ਚ ਪੜਨ ਲੱਗ ਗਿਆ ਤੇ ਨਾਲ ਮੈਂ ਹਾਕੀ ਵੀ ਖੇਡਦਾ ਰਿਹਾ ਜੀ ਮੈਂ ਹਾਕੀ ਨੈਸ਼ਨਲ ਪੱਧਰ ਤੱਕ ਖੇਡਿਆ ਪੰਜਾਬ ਦੇ ਮੈਂ ਦੋ ਕੈਂਪ ਲਾਇਆ ਜੀ ਡਿਸਟ੍ਰਿਕਟ ਕਈ ਵਾਰ ਖੇਡ ਚੁੱਕਿਆ ਪਰ ਮੈਂ ਜਦੋਂ ਕਿਲਾ ਰਾਇਪੁਰ ਚ ਆਇਆ ਇੱਕ ਸਾਡੇ ਕਿਲਾ ਰਾਇਪੁਰ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਜਿਹੜੀ ਕਿ 1933 ਤੋਂ ਲੈ ਕੇ ਹੁਣ ਤੱਕ ਖੇਡਾਂ ਕਰਾਉਂਦੀ ਆ ਰਹੀ ਆ ਮੈਂ ਉਸ ਗਰੁੱਪ ਦੇ ਨਾਲ ਜੁੜ ਗਿਆ ਉਹ ਗਰੁੱਪ ਦੇ ਨਾਲ ਪਹਿਲਾਂ ਮੈਂ ਮੈਂਬਰ ਬਣਿਆ ਮੈਂਬਰ ਬਣ ਤੋਂ ਬਾਅਦ ਮੈਂ ਜਗਤ ਕਮੇਟੀ ਦਾ ਮੈਂਬਰ ਬਣਿਆ ਉਸ ਤੋਂ ਬਾਅਦ ਮੈਂ ਹੁਣ 2017 ਚ ਜਦੋਂ ਸਾਡਾ ਜਨਰਲ ਇਜਲਾਸ ਹੋਇਆ ਮੈਨੂੰ ਗਰੇਵਾਲ ਸਪੋਰਟਸ ਨੇ ਮਾਨ ਦਿੱਤਾ ਮੈਨੂੰ ਉਮੀਦਪ੍ਰਧਾਨ ਬਣਾਤਾ ਗਰੇਵਾਲ ਸਪੋਰਟਸ ਕਲੱਬ ਦਾ 1997 ਚ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਬਣੀ ਜੀ ਉਦੋਂ ਵੀ ਅਕਾਲੀ ਸਰਕਾਰ ਨੇ ਇੱਥੇ ਦੇ ਜਿਹੜੇ ਹਲਕਾ ਅੰਚਾਰ ਸੀ ਜੀ ਉਹਨਾਂ ਨੇ ਕਿਲਾਰਾਪੁਰ ਦੇ ਖੇਡਾਂ ਤੇ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਕਰੀਬਨ 97 ਤੋਂ ਲੈ ਕੇ 99 ਤੱਕ ਖੇਡਾਂ ਬੰਦ ਰਹੀਆਂ ਜੀ ਕਿਲਾਰਾਪੁਰ ਖੇਡਾਂ ਬੰਦ ਕਰਾਉਣ ਦੇ ਵਿੱਚ ਅਕਾਲੀ ਭਾਜਪਾ ਦਾ ਯੋਗਦਾਨ ਹੈ ਬੇਸ਼ੱਕ ਇਸ ਇਲਾਕੇ ਦੇ ਵਿਧਾਇਕ ਸਾਹਿਬ ਸਾਬਕਾ ਇਹ ਕਹਿੰਦੇ ਨੇ ਵੀ ਕਾਂਗਰਸ ਨਹੀਂ ਖੇਡਾਂ ਹੋਂਦ ਦਿੰਦੀ ਜੀ ਭੈਣ ਜੀ ਮੈਂ ਆਪ ਖਿਡਾਰੀ ਰਿਹਾ ਮੈਂ ਖੇਡਾਂ ਨਾਲ ਬੜੀ ਨੇੜੇ ਤੋਂ ਜੁੜਿਆ ਹੋਇਆ ਹਾਂ ਕਿਲਾਰਾਪੁਰ ਖੇਡਾਂ ਬੰਦ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਆ ਸਾਡੇ ਕਿਲਾਰਾਪੁਰ ਨਗਰ ਦੀ ਇੱਕ ਸੁਹਾਵੀਆ ਪੱਤੀ ਆ ਜੀ ਜਿਸ ਤਰ੍ਹਾਂ ਰੰਗਾ ਪੱਤੀ ਕਰਨ ਪ੍ਰਕਾਸ਼ ਪੱਤੀ ਮੱਲਾ ਪੱਤੀ ਸੇਮਾ ਪੱਤੀ ਸਾਡੇ ਪਿੰਡ ਦੀ ਇੱਕ ਸੁਹਾਵੀਆ ਪੱਤੀ ਆ ਜੀ ਉਸ ਪੱਤੀ ਦੇ ਜਿਹੜੇ ਬਹੁਤ ਸਾਰੇ ਸਤਕਾਰਯੋਗ ਬਜ਼ੁਰਗ ਸੀ ਉਹਨਾਂ ਨੇ 1933 ਦੇ ਵਿੱਚ ਕਿਲਾਰਾਪੁਰ ਖੇਡਾਂ ਕਰਾਉਣ ਵਾਸਤੇ ਜਗ੍ਹਾ ਦਿੱਤੀ ਸੀ ਜੀ ਪਤਾ ਨਹੀਂ ਮੈਨੂੰ ਕਿਉਂਕਿ ਅਸੀਂ ਤਾਂ ਬਾਅਦ ਚਿੱਥੇ ਆਏ ਆ ਤੇ ਪਤਾ ਨਹੀਂ ਉਹਨਾਂ ਦਾ ਕੀ ਰੌਲਾ ਪਿਆ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕੁਝ ਵਿਅਕਤੀਆਂ ਨੇ ਉੱਠ ਕੇ ਕਿ ਲਾ ਰਿਹਾ pôਰ ਦੀ ਸਟੇਡੀਅਮ ਦੇ ਉੱਤੇ ਕੇਸ ਕਰਤਾ ਕਿ ਸਾਨੂੰ ਇਸ ਸਟੇਡੀਅਮ ਵਾਪਸ ਦਿੱਤਾ ਜਾਵੇ ਜੀ ਤਕਰੀਬਨ 2018 ਦੇ ਵਿੱਚ 2017 ਤੱਕ ਖੇਡਾਂ ਹੁੰਦੀਆਂ ਰਹੀਆਂ 18 'ਚ ਵੀ ਖੇਡਾਂ ਹੋਈਆਂ 2018 ਦੇ ਐਂਡ ਦੇ ਵਿੱਚ ਮਾਨਯੋਗ ਅਦਾਲਤ ਨੇ ਸ਼ੈਸਨ ਜੱਜ ਸਾਹਿਬ ਨੇ ਉਹ ਜਿਹੜੀ ਪਰਿਵਾਰ ਨੇ ਕੇਸ ਕੀਤਾ ਹੋਇਆ ਸੀ ਖੇਡਾਂ ਦਾ ਵੀ ਸਾਨੂੰ ਵਾਪਸ ਦਿੱਤੀਆਂ ਹਨ ਉਹਨਾਂ ਨੇ ਕੀ ਕੀਤਾ ਸਾਰੀ ਪੱਤੀ ਨੂੰ ਕਬਜ਼ਾ ਦਿੱਤਾ ਜੀ ਪੱਤੀ ਦੇ ਵਿੱਚੋਂ ਕੁਝ ਵਿਅਕਤੀ ਗਰੇਵਰ ਰਿਪੋਰਟਸ ਨਾਲ ਸੰਬੰਧ ਰੱਖਦੇ ਸੀ ਕੁਝ ਵਿਅਕਤੀ ਜਿਨ੍ਹਾਂ ਨੇ ਕੇਸ ਕੀਤੇ ਉਹਨਾਂ ਦਾ ਸੰਬੰਧ ਰੱਖਦੇ ਸੀ ਕੁਝ ਵਿਅਕਤੀ ਇਹੋ ਜਿਹੇ ਜਿਹੜੇ ਕਿਸੇ ਨਾਲ ਸੰਬੰਧ ਹੀ ਸੀ ਰੱਖਦੇ ਜਦੋਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਸੁਹਾਵੇ ਪੱਤੀਆਂ ਨੂੰ ਕਬਜ਼ਾ ਦਿੱਤਾ ਵੀ ਇਹ ਤੁਹਾਡੀ ਸਾਰੀ ਸਮੁੱਚੀ ਸੁਹਾਵੇ ਪੱਤੀ ਜਗ੍ਹਾ ਚਾਹੇ ਕਿਸੇ ਕੋਲ ਘੱਟ ਜ਼ਮੀਨ ਆ ਚਾਹੇ ਕਿਸੇ ਕੋਲ ਵੱਧ ਜ਼ਮੀਨ ਆ ਕੋਈ ਵੀ ਇਹ ਜਗ੍ਹਾ ਦੇ ਉੱਤੇ ਤੁਹਾਡੇ ਵੱਲੋਂ ਖੇਡਾ ਕਰਵਾ ਸਕਦਾ ਜੀ ਚਲੋ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਜਿਹੜੇ ਚਾਹੁੰਦੇ ਨਹੀਂ ਸੀ ਵੀ ਅਸੀਂ ਜਿਹੜੇ ਗਰੇਵਾਲ ਸਪੋਰਟਸ ਨਾਲ ਸਾਡੀ ਪੱਤੀ ਦੇ ਬੰਦੇ ਜੁੜੇ ਹੋਏ ਸੀਗੇ ਵੀ ਉਹਨਾਂ ਨਾਲ ਲੈ ਕੇ ਚੱਲੀਏ ਉਹਨਾਂ ਨੇ ਉਹ ਬੰਦਿਆਂ ਨੂੰ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਸਰਦਾਰ ਕੁਲਦੀਪ ਸਿੰਘ ਬਾਦ ਐਮਐਲਏ ਸਾਹਿਬ ਕੋਲੇ ਸਾਡੇ ਪਿੰਡ ਦਾ ਇਕੱਠ ਹੋਇਆ ਕਿਹੜਾ ਸੰਵਚ ਸਰਦਾਰ ਕੁਲਦੀਪ ਸਿੰਘ ਬਾਦ ਉਹਨਾਂ ਦੀ ਮੈਂ ਸਮਝਦਾ ਕਿ ਬਹੁਤ ਵੱਡੀ ਵਧੀਆ ਸੋਚ ਆ ਉਹਨਾਂ ਨੇ ਸਾਡੇ ਉਹਨਾਂ ਸਤਿਕਾਰਯੋਗ ਵਿਅਕਤੀਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਨਗਰ ਨਿਵਾਸੀ ਇਕੱਠੇ ਹੋ ਜੋ ਤੁਸੀਂ ਸੁਹਾਵੀ ਪੱਤੀ ਵਾਲੇ ਇਕੱਠੇ ਹੋ ਜੋ ਤੁਸੀਂ ਖੇਡਾਂ ਦੇ ਵਿੱਚ ਜਿਹੜਾ ਯੋਗਦਾਨ ਸਾਡੀ ਸਰਕਾਰ ਬਲਿਓ ਚਾਹੁੰਦੇ ਹੋ ਅਸੀਂ ਪੂਰਾ ਯੋਗਦਾਨ ਪਾਵਾਂਗੇ ਜੀ ਅਸੀਂ ਵੀ ਬੇਨਤੀ ਕੀਤੀ ਵੀ ਅਸੀਂ ਬਾਹਰ ਬੈਠ ਕੇ ਖੇਡਾਂ ਦੇਖ ਲਾਂਗੇ ਅਸੀਂ ਕੋਈ ਔਜ਼ਾ ਨਹੀਂ ਚਾਹੁੰਦੇ ਤੁਸੀਂ ਜਿਹੜੇ ਸਾਡੀ ਗਰੇਵਾਲ سپورਟ ਨਾਲ ਮੈਂਬਰ ਖੜੇ ਸੀ ਉਹਨਾਂ ਨੂੰ ਨਾਲ ਲੈ ਲਓ ਤੇ ਤੁਸੀਂ ਖੇਡਾਂ ਕਰਾਓ ਅਸੀਂ ਸਰਕਾਰ ਵੱਲੋਂ ਹਰ ਪੱਖ ਤੋਂ ਤੁਹਾਡਾ ਸਹਿਯੋਗ ਕਰਾਂਗੇ ਜਦੋਂ ਜਿਹੜੇ ਉਹ ਸਤਕਾਰਯੋਗ ਵਿਅਕਤੀ ਸੀ ਉਹਨਾਂ ਦੇ ਵਿੱਚ ਉਹ ਆਪ ਹੀ ਨਹੀਂ ਉਹਨਾਂ ਦੇ ਆਪਦੇ ਭਰਾ ਵੀ ਉਹਨਾਂ ਦੇ ਉਲਟ ਨੇ ਜਦੋਂ ਕੇਸ ਲਾਇਆ ਸੀ ਇਕੱਠੇ ਸੀ ਜਦੋਂ ਕੇਸ ਜਿੱਤ ਗਏ ਉਹਨਾਂ ਦੇ ਭਰਾ ਵੀ ਸਾਡੇ ਨਾਲ ਆ ਖੜੇ ਜੀ ਉਹ ਅੱਜ ਕੈਨੇਡਾ 'ਚ ਬੈਠੇ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਨਾਲ ਲੈ ਲਓ ਕੁਝ ਵਿਅਕਤੀ ਕਹਿੰਦੇ ਵੀ ਅਸੀਂ ਤੁਹਾਨੂੰ ਨਾਲ ਹੀ ਲੈਣਾ ਹੁਣ ਭੈਣ ਜੀ ਆਧਾਰ ਦੇ ਤੌਰ ਤੇ ਘਟੇ ਬਲਾ ਆਪਾਂ ਤਿੰਨ ਜਣੇ ਨੂੰ ਮਾਨ ਜੋ ਕੋਰਟ ਨੇ ਇਹਦਾ ਕਬਜ਼ਾ ਦਿੱਤਾ ਵੀ ਤੁਸੀਂ ਤਿੰਨ ਮਾਲਕ ਹੋ ਜੇ ਮੈਂ ਇਕੱਲਾ ਹੀ ਕਹਾ ਵੀ ਮੇਰਾ ਟੇਬਲ ਆ ਇਹ ਉਹ ਤਾਂ ਗਲਤ ਗੱਲ ਆ ਨਾ ਜਿਸ ਦੇ ਕਾਰਨ ਕਿਲਰ ਐਪ ਉਹਦੀਆਂ ਖੇਡਾਂ ਬਿਲਕੁਲ ਬੰਦ ਹੋਈਆਂ ਨੇ ਜਦੋਂ ਜਿਹੜੇ ਬੰਦੇ ਗਰੇਵਾਲ ਸਪੋਰਟਸ ਨਾਲ ਖੜੇ ਸੀ ਉਹਨਾਂ ਵਿਅਕਤੀਆਂ ਨੇ ਉਹਨਾਂ ਨੂੰ ਵੇਚ ਨਹੀਂ ਲੈਣਾ ਚਾਹਿਆ ਜਦੋਂ ਆਪਦੇ ਸਕੇ ਭਰਾਵਾਂ ਨੂੰ ਵਿੱਚ ਦੀ ਕਮੇਟੀ 'ਚ ਲੈਣਾ ਚਾਹਿਆ ਇੱਕ ਬੰਦਾ ਕਹਿੰਦਾ ਮੇਰੀ ਆ ਜਗ੍ਹਾ ਮੈਂ ਕੱਲੇ ਨੇ ਕਰਾਉਣੀ ਆ ਜਦੋਂ ਮਾਂਜੋ ਕੋਰਟ ਨੇ ਸਮੁੱਚੀ ਸੁਹਾਵੀ ਪੱਤੀ ਨੂੰ ਜੀ ਕਿਉਂਕਿ ਤੁਸੀਂ ਉਹਨਾਂ ਪਰਿਵਾਰਾਂ ਦੀ ਵੀ ਇੰਟਰਵਿਊ ਇਸ ਸੰਬੰਧ ਚ ਕਰ ਸਕਦੇ ਹੋ ਜਿਹੜੀ ਸਚਾਈ ਆ ਦੇਖੋ ਕਹਿੰਦੇ ਜੇ ਪੱਲੇ ਹੋਵੇ ਸੱਤ ਤੇ ਕੋਠੇ ਚੜ ਕੇ ਨੱਚ ਜੀ ਜਦੋਂ ਮੈਂ ਤੁਹਾਡੇ ਸਾਹਮਣੇ ਸਚਾਈ ਪੇਸ਼ ਕਰ ਰਿਹਾ ਬੇਸ਼ੱਕ ਤੁਸੀਂ ਸੁਹਾਵੀ ਪੱਤੀ ਦੇ ਸਾਡੇ ਉਹ ਸਤਕਾਰਯੋਗ ਵੀਰਾਂ ਦੀ ਤੁਸੀਂ ਇੰਟਰਵਿਊ ਕਰ ਸਕਦੇ ਹੋ ਇਹਦੇ ਸੰਬੰਧ ਵਿੱਚ ਵੀ ਖੇਡਾਂ ਕਿਉਂ ਬੰਦ ਹੋਈਆਂ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਬਿ ਕੀ ਤੁਹਾਨੂੰ ਉਹਦਾ ਸਤਿਕਾਰ ਜੋ ਜਿਹੜੇ ਕੇਸ ਜਿਹਨਾਂ ਲੜਿਆ ਤੁਸੀਂ ਵੀ ਸਹਿਯੋਗ ਦਿੱਤਾ ਜਦੋਂ ਮਾਨਯੋਗ ਅਦਾਲਤ ਨੇ ਸਟੇਡੀਅਮ ਦਾ ਕਬਜ਼ਾ ਦਵਾਇਆ ਉਹ ਵਿਅਕਤੀ ਵੀ ਕਬਜ਼ਾ ਲੈਣ ਦੇ ਨਾਲ ਖੜੀ ਸੀ ਜਦੋਂ ਉਹ ਵਿਅਕਤੀਆਂ ਨੂੰ ਹੀ ਨਾਲ ਨਹੀਂ ਉਹਨਾਂ ਨੇ ਜੋੜਨ ਦੀ ਕੋਸ਼ਿਸ਼ ਕੀਤੀ ਫਿਰ ਕਿਹੜਾ ਪੈਣ ਦੀ ਬੰਦ ਹੋ ਗਈਆਂ ਜੀ ਇਹ ਕਾਰਨ ਬੜਾ